ਸਥਾਨਕ ਸ਼ਹਿਰ ਦੀ ਨਾਮਵਰ ਸਮਾਜਸੇਵੀ ਸੰਸਥਾ ਰੋਟਰੀ ਕਲੱਬ ਰਾਮਾ ਦੁਆਰਾ 75ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਪੂਰਵਕ ਮਨਾਇਆ ਗਿਆ। ਮੁੱਖ ਮਹਿਮਾਨ ਦੇ ਵਜੋਂ ਪੁੱਜੇ ਰਾਮਾ ਮੰਡੀ ਦੇ ਇਨ ਕੁਮਾਰ ਪੱਕਾ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਗਣੇਸ਼ ਪੂਜਨ ਦੀ ਰਸਮ ਰਾਮਾ ਮੰਡੀ ਦੇ ਉੱਘੇ ਦਾਨੀ ਪੁਰਸ਼ ਡਾਕਟਰ ਕੇਵਲ ਕ੍ਰਿਸ਼ਨ ਗੁਪਤਾ ਦੁਆਰਾ ਅਦਾ ਕੀਤੀ ਗਈ। ਇਸ ਮੌਕੇ ਰੋਟਰੀ ਕਲੱਬ ਰਾਮਾ ਦੁਆਰਾ ਆਏ ਹੋਏ ਮੁੱਖ ਮਹਿਮਾਨਾਂ ਦੇ ਫੁੱਲਾਂ ਦੇ ਹਾਰ ਪਾ ਕੇ ਅਤੇ ਫੁੱਲਾਂ ਦਾ ਬੁੱਕਾ ਭੇਟ ਕਰਦੇ ਹੋਏ ਵਿਸ਼ੇਸ਼ ਰੂਪ ਦੇ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਰਾਮਾ ਦੇ ਪ੍ਰਧਾਨ ਵਿਜੇ ਕੁਮਾਰ ਲਹਿਰੀ ਅਤੇ ਪ੍ਰੋਜੈਕਟ ਚੇਅਰਮੈਨ ਨਰਿੰਦਰ ਗੋਇਲ ਨੇ ਸਮੂਹ ਦੇਸ਼ ਵਾਸੀਆਂ ਨੂੰ 75ਵੇਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। 75ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ, ਜਿਹਦੇ ਵਿੱਚ ਰੋਟਰੀ ਕਲੱਬ ਰਾਮਾ ਵੱਲੋਂ ਸਾਡੇ ਪ੍ਰਵੀਨ ਪੱਕਾ ਜੀ ਐਜ ਏ ਚੀਫ ਗੈਸਟ ਸ਼ਖਸੀਅਤ ਰੱਖੀ, ਉਹਨਾਂ ਨੇ ਝੰਡਾ ਲਹਿਰਾਉਣ ਦੀ ਰਸਮ ਪੂਰੀ ਕੀਤੀ, ਜਿਹਦੇ ਵਿੱਚ ਡਾਕਟਰ ਕੇ ਕੇ ਗੁਪਤਾ ਜੀ ਨੇ ਆਪਣਾ ਗਣੇਸ਼ ਵੰਦਨਾ ਜੀ ਗਣੇਸ਼ ਜੀ ਨੂੰ ਪੂਜਾ ਕੀਤੀ, ਜਿਹਦੇ ਨਾਲ ਸਾਡਾ ਅੱਗੇ ਸਾਡਾ ਮੋਟਿਵ ਸੀ ਵੀ ਦੇਸ਼ ਦੀ ਬੁਰਾਈਆਂ ਜਿੱਦਾਂ ਮਤਲਬ ਇਨਵਾਇਰਮੈਂਟ ਦੀ ਪ੍ਰੋਬਲਮ ਆ ਰਹੀ ਹੈ ਉਹਦੇ ਲਈ ਅਸੀਂ ਗੋ ਗ੍ਰੀਨ ਦੇ ਸਟਿੱਕਰ ਅੱਜ ਪੂਰੀਆਂ ਜਿਹੜੇ ਲੋਕ ਇੱਥੇ ਆ ਜਾ ਰਹੇ ਸੀ ਰਿਫਾਇਨਰੀ ਕਰਕੇ ਇੱਥੇ ਕਾਫੀ ਰਸ਼ ਰਹਿੰਦਾ ਲੋਕਾਂ ਦੇ ਵਿੱਚ, ਸਾਡੀ ਮਤਲਬ ਮੇਨ ਮਕਸਦ ਸੀ ਵੀ ਇਹਨਾਂ ਨੂੰ ਜਾਗਰਿਤ ਕਰੀਏ ਇਨਵਾਇਰਮੈਂਟ ਦੇ ਪ੍ਰਤੀ, ਕਿਉਂਕਿ ਪੋਲਿਊਸ਼ਨ ਡੇ ਬਾਈ ਡੇ ਵੱਧ ਰਿਹਾ, ਉਹਦੇ ਨਾਲ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਹੈ। ਸਾਡਾ ਇੱਛਾ ਹੈ ਵੀ ਇਹ ਇਹਨਾਂ ਦਾ ਮੈਸੇਜ ਦੇਣ ਦਾ ਮਤਲਬ ਇਹ ਹੈ ਵੀ ਲੋਕਾਂ ਨੂੰ ਜਾਗਰਤੀ ਰਹੇ, ਪੇੜ ਪੌਦੇ ਵੱਧ ਤੋਂ ਵੱਧ ਲਗਾਏ ਜਾਣ, ਔਰ ਸਾਥ ਹੀ ਸਾਥ ਜਿਹੜੇ ਪੋਲਿਊਸ਼ਨ ਦੇ ਵਿੱਚ ਮਤਲਬ ਗੰਦ ਇੱਥੇ ਮੰਡੀਆਂ ਦੇ ਵਿੱਚ ਪਿਆ ਰਹਿੰਦਾ ਹੈ, ਉਹਨਾਂ ਦੀ ਵੀ ਸਫਾਈ ਦਾ ਅਭਿਆਨ ਚਲਾਇਆ ਜਾਵੇ, ਜਿਹੜਾ ਸਾਡਾ ਕਲੱਬ ਵੀ ਅਗਰੀਨੀ ਤੌਰ 'ਤੇ ਇਹ ਕੰਮ ਨੂੰ ਨਿਭਾਊਗਾ, ਔਰ ਸਾਡੇ ਅੱਗੇ ਵਾਲੇ ਪ੍ਰੋਗਰਾਮ ਵੀ ਕਾਫੀ ਨੇ ਤਾਂ ਕਿ ਦੇਸ਼ ਦੇ ਵਿੱਚ ਜੋ ਵੀ ਬੁਰਾਈਆਂ ਹੈ, ਚਾਹੇ ਉਹ ਨਸ਼ਾ ਹੋਵੇ ਚਾਹੇ ਉਹ ਕਰਪਸ਼ਨ ਹੋਵੇ, ਇਹਨਾਂ ਵਾਸਤੇ ਵੀ ਸਾਡਾ ਮਕਸਦ ਇਹੀ ਹੈ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਵਾਸਤੇ ਨੌਜਵਾਨ ਅੱਗੇ ਆਉਣ, ਅਤੇ ਦੇਸ਼ ਵਾਸੀਆਂ ਨੂੰ ਨਾਲ ਹੀ ਮੈਂ ਵਧਾਈ ਦੇਣਾ ਚਾਹੁੰਦਾ ਕਿ ਅੱਜ 75ਵੇਂ ਆਜ਼ਾਦੀ ਦਿਵਸ ਦੀ ਸਾਰੇ ਭਾਰਤ ਵਾਸੀਆਂ ਨੂੰ ਵਧਾਈ, ਨਮਸਕਾਰ, ਅਦਾਬ, ਸਤਿ ਸ਼੍ਰੀ ਅਕਾਲ। ਸਮਾਨਿਆ ਦੇਸ਼ ਵਾਸੀਆਂ ਕੋਲ 75ਵੇਂ ਆਜ਼ਾਦੀ ਦਿਵਸ ਦਾ ਹਾਰਦਿਕ ਸ਼ੁਭਕਾਮਨਾ। ਰੋਟਰੀ ਕਲੱਬ ਵੱਲੋਂ 75ਵੇਂ ਆਜ਼ਾਦੀ ਦਿਵਸ ਦੀ ਬਹੁਤ ਬਹੁਤ ਵਧਾਈ। ਸਮਸਤ ਦੇਸ਼ ਵਾਸੀਆਂ ਕੋਲ 75ਵੇਂ ਆਜ਼ਾਦੀ ਦਿਵਸ ਦੀ ਹਾਰਦਿਕ ਸ਼ੁਭਕਾਮਨਾਵਾਂ। ਸਾਡੇ MC ਸਾਹਿਬ ਪੱਕਾ ਸਾਹਿਬ ਪ੍ਰਵੀਨ ਕੁਮਾਰ ਪੱਕਾ ਜੀ ਨੂੰ ਜੋ ਰੋਟਰੀ ਕਲੱਬ ਨੇ ਮਾਣ ਬਖਸ਼ਿਆ, ਮੈਂ ਰੋਟਰੀ ਕਲੱਬ ਦਾ ਪ੍ਰਧਾਨ ਅਤੇ ਐਵੇਂ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਇਹ ਸਾਡੇ ਬਜ਼ੁਰਗਾਂ ਦੀ ਵੱਡੀ ਦੇਣ ਹੈ, ਉਹਨਾਂ ਨੇ ਆਪਦੀ ਕੁਰਬਾਨੀਆਂ ਦੇ ਕੇ ਇਹ ਦੇਸ਼ ਨੂੰ ਆਜ਼ਾਦ ਕੀਤਾ, ਅਸੀਂ ਉਹ ਦਿਹਾੜੇ ਨੂੰ ਅੱਜ ਸਾਰਾ ਹੀ ਇੰਡੀਆ ਬੜੀ ਧੂਮਧਾਮ ਨਾਲ ਮਨਾ ਰਿਹਾ ਹੈ। ਬਹੁਤ ਧੰਨਵਾਦ। ਅੱਜ 75ਵਾਂ ਆਜ਼ਾਦੀ ਦਿਵਸ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ਵਿੱਚ ਰੋਟਰੀ ਕਲੱਬ ਰਾਮਾ ਨੇ ਬ੍ਰੈਂਡ ਅੰਪੋਰੀਅਮ ਵਿਖੇ ਇੱਕ ਫੰਕਸ਼ਨ ਔਰਗਨਾਈਜ਼ ਕੀਤਾ ਹੈ, ਜਿਸ ਵਿੱਚ ਮੁੱਖ ਮਹਿਮਾਨ ਪ੍ਰਵੀਨ ਕੁਮਾਰ ਪੱਕਾ ਜੀ MC ਅਤੇ ਡਾਕਟਰ KK ਗੁਪਤਾ ਜੀ ਮੁੱਖ ਮਹਿਮਾਨ ਤੌਰ 'ਤੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਅਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ 75ਵੇਂ ਆਜ਼ਾਦੀ ਦਿਵਸ ਦੀ, ਅਤੇ ਨਾਲ ਹੀ ਇਹ ਕਹਿਣਾ ਚਾਹੁੰਦਾ ਕਿ ਆਪਦੀਆਂ ਸਾਰੀਆਂ ਬੁਰਾਈਆਂ ਕੱਢ ਕੇ ਛੱਡ ਕੇ ਅਤੇ ਨਵੇਂ ਦੇਸ਼ ਦਾ ਨਵੇਂ ਆਪਦੇ ਉਹਦਾ ਨਿਰਮਾਣ ਕਰਨ। ਸਾਰਾ ਦੇਸ਼, ਸਾਰੇ ਸਟੇਟਸ ਅਤੇ ਰਾਮਾ ਮੰਡੀ ਵਿੱਚ ਵੀ 75ਵੇਂ ਆਜ਼ਾਦੀ ਦਿਵਸ ਦੇ ਤੌਰ 'ਤੇ ਆਜ਼ਾਦੀ ਦਾ ਦਿਵਸ ਮਨਾਇਆ ਜਾ ਰਿਹਾ ਹੈ। ਇਹ ਆਜ਼ਾਦੀ ਦਿਵਸ ਸਾਨੂੰ ਬਹੁਤ ਹੀ ਮੁਸ਼ਕਲਾਂ ਨਾਲ ਅਤੇ ਬਹੁਤ ਹੀ ਬਜ਼ੁਰਗਾਂ ਦੇ ਬਲੀਦਾਨ ਕਰਕੇ ਮਿਲਿਆ, ਅਤੇ ਇਸ ਨੂੰ ਸਾਰੇ ਦੇਸ਼ ਪ੍ਰਦੇਸ਼ ਅਤੇ ਇਲਾਕੇ ਵਿੱਚ ਬਹੁਤ ਉਤਸ਼ਾਹਪੂਰਵਕ ਮਨਾਇਆ ਜਾ ਰਿਹਾ ਹੈ। ਅੱਜ ਇਹ ਪ੍ਰੋਗਰਾਮ ਰੋਟਰੀ ਕਲੱਬ ਰਾਮਾ ਵੱਲੋਂ ਆਜ਼ਾਦੀ ਦਿਵਸ 'ਤੇ ਕਰਵਾਇਆ ਜਾ ਰਿਹਾ, ਜਿਸ ਸ਼੍ਰੀ ਪ੍ਰਵੀਨ ਕੁਮਾਰ ਪੱਕਾ ਜੀ ਅਤੇ ਡਾਕਟਰ KK ਗੁਪਤਾ ਜੀ ਨੇ ਆ ਕੇ ਉਰੇ ਤਿਰੰਗਾ ਲਹਿਰਾਇਆ। ਅਤੇ ਇਸ ਸ਼ੁਭ ਮੌਕੇ 'ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ, ਸਾਰੇ ਇਲਾਕਾ ਵਾਸੀਆਂ ਨੂੰ, ਸਾਰੇ ਰੋਟਰੀ ਕਲੱਬ ਦੇ ਮੈਂਬਰ ਨੂੰ ਅਤੇ ਹੋਰ ਪਹੁੰਚੇ ਹੋਏ ਸੱਜਣ ਮਿੱਤਰਾਂ ਨੂੰ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਥੈਂਕ ਯੂ ਵੈਰੀ ਮੱਚ।